ਬ੍ਰੈਂਪਟਨ ਦੇ ਯਾਰ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਆ, ਹੈ ਨਾ। ਆਹ ਦੇਖੋ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਕੱਲ੍ਹ ਦੀ ਘਟਨਾ। ਆਹ ਦੋ ਮੁੰਡੇ ਆ ਜਿਹੜੇ ਗੱਡੀ ਦੇ ਦੁਆਲੇ ਘੁੰਮਦੇ ਆ, ਲੈਫਟ ਹੈਂਡ ਸਾਈਡ 'ਤੇ ਦੱਸਦੇ ਹੋਣੇ ਸਕਰੀਨ 'ਤੇ। ਇਹਨਾਂ ਨੇ ਸ਼ੀਸ਼ੇ ਤੋੜ ਕੇ ਗੱਡੀ 'ਚ ਕੋਈ ਪੈਟਰੋਲ ਵਗੈਰਾ ਪਾ ਕੇ ਅਤੇ ਅੱਗ ਲਾਤੀ ਗੱਡੀ ਨੂੰ, ਹੈ ਨਾ। ਸਾਹਮਣੇ ਗੱਡੀ ਖੜ੍ਹੀ ਹੈ, ਆਪ ਵੀ ਮਸੀ ਬਚਿਆ ਮੁੰਡਾ, ਦੇਖਿਓ ਜਦੋਂ ਉਹਨੇ ਅੱਗ ਲਾਉਣੀ ਹੈ ਨਾ। ਹੁਣ ਉਹ ਆਉਂਦਾ ਜੀ, ਉਹਨੇ ਕੈਨੀ ਉਹਨੂੰ ਫੜਾ ਕੇ ਅਤੇ ਕਾਹਦੇ ਨਾਲ ਪਤਾ ਨਹੀਂ ਲਾਈਟਰ ਨਾਲ ਲਾਉਣ ਲੱਗਾ ਜਾਂ ਡੱਬੀ ਨਾਲ, ਉਹਨੂੰ ਲਾਈਟਰ ਹੀ ਸੀਗਾ ਸ਼ਾਇਦ, ਪੁਲਿਸ ਵਾਲਾ ਨੂੰ ਮਿਲ ਗਿਆ ਉਦੋਂ ਦਾ ਲਾਈਟਰ। ਦੇਖੋ ਉਹ ਗੱਡੀ 'ਚ ਵੱਜਾ, ਉਹ ਦੇਖ ਉਹਦਾ, ਉਹ ਸੜਕ 'ਚ ਫਿਰ ਡਿੱਗਿਆ ਜਾ ਕੇ, ਦਿਸਦਾ ਕੁਛ ਨਹੀਂ। ਯਾਰ ਕਿਹੜੀ ਹੱਦ ਤੱਕ ਜਾਣ ਡੇ ਤੁਸੀਂ, ਹੈ ਨਾ। ਕੀ ਨਫ਼ਰਤ ਆ ਤੁਹਾਡੇ ਨਾਲ, ਕੀ ਜੈਲਸੀ ਹੁੰਦੀ ਤੁਹਾਨੂੰ ਕਿਸੇ ਤੋਂ, ਹੈ ਨਾ। ਕੀ ਤਕਲੀਫ ਆ, ਗੱਡੀ ਦਾ ਹਾਲ ਦੇਖੋ ਕੀ ਕਰਤਾ। ਆਹ ਕੁਛ ਆਪਾਂ ਪੰਜਾਬ 'ਚੋਂ ਲੈ ਕੇ ਆਏ ਇੱਥੇ, ਹੈ ਨਾ। ਕਿਹੜੇ ਕੰਮਾਂ 'ਚ ਪਏ, ਆਪਣਾ ਕੰਮ ਕਰੋ, ਮਿਹਨਤ ਕਰੋ, ਹੈ ਨਾ। ਜੋ ਕੋਈ ਮਿਹਨਤ ਕਰਦਾ ਉਹਦੇ ਵੱਲ ਦੇਖ ਕੇ ਮਰੋ ਨਾ, ਸੜੋ ਨਾ, ਹੈ ਨਾ। ਆਪ ਕੋ ਤੁਹਾਡੇ ਕੋਲ ਕੋਈ ਕੰਮ ਨਹੀਂ ਕਰ ਹੁੰਦਾ, ਤੁਸੀਂ ਜਿਹੜਾ ਕੋਈ ਕੰਮ ਕਰਦਾ ਮਿਹਨਤੀ ਆ, ਉਹਨੂੰ ਜੀਣ ਨਾ ਦਿਓ ਇੱਥੇ। ਥੋੜ੍ਹਾ ਬਹੁਤਾ ਯਾਰ ਅਕਲ ਨੂੰ ਹੱਥ ਮਾਰੋ, ਸਿਆਣੇ ਬਣੋ, ਹੈ ਨਾ। ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ, ਹੈ ਨਾ। ਥੋੜ੍ਹਾ ਬਹੁਤਾ ਲੋਸ ਹੋਊਗਾ, ਪਰ ਫਾਇਦਾ ਕੋਈ ਇਹਨਾਂ ਚੀਜ਼ਾਂ ਦਾ।